मोगा में चोरों के हौसले इतने बुलंद हो गए हैं कि पुलिस स्टेशन के साथ लगती रेडीमेड कपड़ों की एक दुकान पर ही चोरी की घटना सामने आई है। वहीं पत्रकारों से बातचीत करते हुए दुकानदार ने बताया कि उनकी दुकान पुलिस स्टेशन के पास है, फिर भी चोर आए और उनकी सारी दुकान खाली करके चले गए। उन्होंने बताया कि चोर उनका 4 से 5 लाख का नुकसान कर गए। मोगा से हलचल के लिए निशी मनचंदा की रिपोर्ट। बीती रात पता लग गया जिहड़ा कि उत्थे कपड़े का जिहड़ा हैगा रेडीमेड का काम सीगा उन्हां दा, तो उहदी एक सीसीटीवी फुटेज भी आई है जिते एक शख्स है जिहड़ा कार दे विच चोरी करके जिहड़े कपड़े लिजांदा दिखाई दिता है। तो उहदी डिजाइनर तफ्तीश चल रही है, साडे एसी सतनाम सिंह जिहड़ी तफ्तीश कर रहे ने, जल्दी ही जिहड़ी चोरी ट्रेस कीती जाऊगी ਅਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਮੇਰਾ ਨਾਮ ਪ੍ਰਦੀਪ ਕੁਮਾਰ ਜੀ। ਪ੍ਰਦੀਪ ਜੀ ਕਾਹਦਾ ਬਿਜ਼ਨਸ? ਆਪਣੀ ਰੈਡੀਮੇਡ ਕੱਪੜੇ ਦੁਕਾਨ ਹੈ ਜੀ। ਕੀ ਭਾਣਾ ਵਰਤਿਆ ਤੁਹਾਡਾ? ਇਹ ਕੱਲ੍ਹ ਦੀ ਗੱਲ ਹੈ ਜੀ, ਤਕਰੀਬਨ 4:45 ਦੀ ਗੱਲ ਹੈ ਜੀ। ਅਤੇ ਇੱਕ ਜਣਾ ਸਵਿਫਟ ਗੱਡੀ 'ਤੇ ਆਉਂਦਾ ਜੀ, ਕੈਬ ਪਾਈ ਹੋਈ ਹੁੰਦੇ, ਕੈਬ ਪਾਈ ਹੋਈ ਸਵਿਫਟ ਗੱਡੀ 'ਤੇ ਆਉਂਦਾ ਜੀ, ਅਤੇ ਸੱਬਲ ਦੇ ਨਾਲ ਜੰਦੇ ਭੰਨਦਾ ਜੀ, ਆ ਕੇ ਜੰਦੇ ਭੰਨ ਕੇ ਅਤੇ ਆਸਾ ਪਾਸਾ ਦੇਖ ਕੇ ਉਹਨੂੰ ਚੰਗਾ ਵੀ ਦੇਖਦਾ, ਆਸੇ ਪਾਸੇ ਕੋਈ ਨਹੀਂ ਹੈਗਾ, ਦੁਕਾਨ 'ਤੇ ਐਂਟਰ ਕਰਦਾ, ਬੈਟਰੀਆਂ ਟੋਰਚ ਨਾਲ ਇਕੱਲੀ ਇਕੱਲੀ ਚੀਜ਼ ਦੇਖਦਾ ਜੀ, ਇੱਥੋਂ ਲੈ ਕੇ ਸਾਰਾ ਮਾਲ ਇੱਥੇ ਤੱਕ ਖਾਲੀ ਕਰ ਦਿੰਦਾ ਜੀ, ਸਾਰੀ ਦੁਕਾਨ ਸਾਡੀ ਖਾਲੀ ਕਰ ਦਿੰਦਾ ਜੀ। ਅਤੇ ਉਸ ਤੋਂ ਬਾਅਦ ਸੁਬਹਾ ਜੇ ਮੁੰਡੇ ਨੇ ਆ ਕੇ ਦੁਕਾਨ ਖੋਲ੍ਹੀ ਵੀ ਕੁਛ ਵੀ ਹੈ ਨਹੀਂ ਜੀ, ਮਾਲ ਇੱਕ ਵੀ ਕੁਛ ਵੀ ਮਾਲ ਨਹੀਂ ਸੀ, ਜਮ੍ਹਾਂ ਖਾਲੀ ਸੀ ਦੁਕਾਨ। ਇਹਨੇ ਸਾਨੂੰ ਫੋਨ ਕੀਤਾ ਵੀਰੇ ਆਹ ਕੰਮ ਹੋ ਗਿਆ, ਅਸੀਂ ਭੱਜ ਕੇ ਦੁਕਾਨ 'ਤੇ ਆਏ, ਸ਼ਟਰ ਚੱਕਿਆ, ਸਾਡੀ ਸਾਰੀ ਦੁਕਾਨ ਖਾਲੀ ਸੀ, ਜਮ੍ਹਾਂ ਨਾਲ ਹੈ ਜੀ, ਆਹ ਵੇਖੋ ਜਮ੍ਹਾਂ ਨਾਲ ਠਾਣਾ ਹੈਗਾ, ਕੋਈ ਕੋਈ ਸੁਣਵਾਈ ਨਹੀਂ ਹੁੰਦੀ ਵੀ ਕੱਲ੍ਹ ਇੱਕ ਵਾਰੀ ਐਸ ਆਈ ਆਇਆ ਸਤਨਾਮ ਸਿੰਘ, ਉਸ ਤੋਂ ਬਾਅਦ ਆਇਆ ਹੀ ਨਹੀਂ, ਨਾਲ ਸਾਡੇ ਸਾਰੀ ਜਿਹੜੀ ਫੋਨ ਚੱਕਿਆ।